ਹੈਲੋ ਡੀਅਰ ਕੈਂਡੀਡੇਟਸ ਵੈਲਕਮ ਟੂ ਮਾਈ ਚੈਨਲ এডੂਕੇਸ਼ਨ ਸਿੰਪਲੀਫਾਈਡ ਬਾਈ OCDC ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਵਾਰਡ اٹੈਂਡੈਂਟ ਐਗਜ਼ਾਮ ਦੇ ਲਈ ਬਹੁਤ ਮਹੱਤਵਪੂਰਨ ਟਾਪਿਕ ਬਾਇਓ ਵੇਸਟ ਮੈਨੇਜਮੈਂਟ ਦੀਆਂ ਵਿਧੀਆਂ ਬਾਰੇ ਤਾਂ ਆਪਾਂ ਗੱਲ ਕਰਾਂਗੇ ਦੇ ਵਿੱਚ 14 ਪ੍ਰਸ਼ਨ ਤੇ ਉਹਨਾਂ ਦੇ ਉੱਤਰਾਂ ਬਾਰੇ ਠੀਕ ਹੈ ਤਾਂ ਆਪਾਂ 14 ਪ੍ਰਸ਼ਨ ਦੇ ਵਿੱਚ ਪਹਿਲਾ ਪ੍ਰਸ਼ਨ ਜਿਹੜਾ ਹੈਗਾ ਉਹ ਸ਼ੁਰੂ ਕਰਨ ਲੱਗੇ ਆ ਪਹਿਲਾ ਪ੍ਰਸ਼ਨ ਹੈ ਸਰਜਰੀ ਵਾਲੇ ਚਾਕੂ ਬਲੇਡ ਸਿਰਿੰਜ ਨੀਡਲ ਆਦਿ ਵੇਸਟ ਨੂੰ ਕੀ ਕਿਹਾ ਜਾਂਦਾ ਹੈ ਤਾਂ ਤੁਹਾਡੇ ਕੋਲ অপਸ਼ਨ ਹੈ ਪਹਿਲੀ ਸਰਜਰੀਕਲ ਵੇਸਟ ਦੂਜੀ অপਸ਼ਨ ਹੈ ਮੈਟਲ ਵੇਸਟ ਤੀਜੀ ਹੈ শারਪਸ ਤੇ ਚੌਥੀ ਹੈ ਜੀਨੋ ਟਾਕਸਿਕ ਵੇਸਟ ਓਕੇ ਜੀ ਤਾਂ ਇਹਦਾ ਉੱਤਰ ਆਏਗਾ ਜਿਹੜੇ ਸਰਜਰੀ ਵਾਲੇ ਚਾਕੂ ਬਲੇਡ ਸਿਰਿੰਜ ਨੀਡਲ ਆਦੀ ਵੇਸਟ ਹੁੰਦੇ ਨੇ ਉਹਨੂੰ শারਪਸ ਕਿਹਾ ਜਾਂਦਾ ਹੈ S H A R P S শারਪਸ ਪ੍ਰਸ਼ਨ ਨੰਬਰ 2 ਮਰਕਰੀ ਮਤਲਬ ਪਾਰਾ ਡਿਸ ਇਨਫੈਕਟੈਂਟ ਸੋਲੂਸ਼ਨਸ ਜਾਂ ਫਿਰ ਕੋਈ ਸੋਲਵੈਂਟ ਆਦੀ ਨੂੰ ਕਿਹੜਾ ਵੇਸਟ ਕਿਹਾ ਜਾਂਦਾ ਹੈ ਪਹਿਲੀ ਆਪਸ਼ਨ ਹੈ ਰੇਡੀਓ ਐਕਟਿਵ ਵੇਸਟ ਦੂਜੀ ਆਪਸ਼ਨ ਹੈ ਫਾਰਮਾਸਿਊਟੀਕਲ ਵੇਸਟ ਤੀਜੀ ਆਪਸ਼ਨ ਹੈ ਪੈਥੋਲੋਜੀਕਲ ਵੇਸਟ ਤੇ ਚੌਥੀ ਆਪਸ਼ਨ ਹੈ ਕੈਮੀਕਲ ਵੇਸਟ ਤਾਂ ਜਿਹੜਾ ਮਰਕਰੀ ਮਤਲਬ ਪਾਰਾ ਹੁੰਦਾਗਾ ਜਾਂ ਡਿਸ ਇਨਫੈਕਟੈਂਟ ਸੋਲੂਸ਼ਨ ਵਗੈਰਾ ਹੁੰਦੇ ਨੇ ਉਹਨਾਂ ਨੂੰ ਕਿਹਾ ਜਾਂਦਾ ਕੈਮੀਕਲ ਵੇਸਟ ਓਕੇ ਨੈਕਸਟ ਆਪਸ਼ਨ ਹੈ ਕੁਐਸਚਨ ਹੈ 3 ਬਾਇਓ ਮੈਡੀਕਲ ਵੇਸਟ ਨੂੰ ਛੋਟੇ-ਛੋਟੇ ਭਾਗਾਂ ਵਿੱਚ ਕੱਟਣ ਨੂੰ ਕੀ ਕਿਹਾ ਜਾਂਦਾ ਹੈ ਤਾਂ ਇਹਨੂੰ ਕਿਉਂ ਕੱਟਿਆ ਜਾਂਦਾ ਪਹਿਲਾਂ ਤਾਂ ਕਿ ਇਹਦਾ ਜਿਹੜਾ ਵੋਲੀਅਮ ਆ ਉਹ ਘਟਾਇਆ ਜਾ ਸਕੇ ਠੀਕ ਹੈ ਔਰ ਕੱਟਣ ਦਾ ਇਹ ਵੀ ਫਾਇਦਾ ਹੁੰਦਾਗਾ ਕਿ ਜਿਹੜਾ ਵੇਸਟ ਹੈ ਉਹਨੂੰ ਕੋਈ ਵੀ ਬੰਦਾ ਰੀਸਾਈਕਲ ਨਾ ਕਰ ਸਕੇ ਤਾਂ ਕਿ ਉਹਨੂੰ ਦੁਬਾਰਾ ਮਾਰਕੀਟ ਵਿੱਚ ਨਾ ਭੇਜ ਸਕੇ ਤਾਂ ਉਸ ਕੱਟਣ ਦੀ ਪ੍ਰੋਸੈਸ ਨੂੰ ਕੀ ਕਹਿੰਦੇ ਨੇ ਪਹਿਲੀ ਆਪਸ਼ਨ ਹੈ ਮੋਲਟਿੰਗ ਦੂਜੀ ਹੈ ਕਟਿੰਗ ਤੀਜੀ ਹੈ ਸ਼ਰੇਡਿੰਗ ਚੌਥੀ ਹੈ ਰਿਡਿਊਸਿੰਗ ਤਾਂ ਸਹੀ ਉੱਤਰ ਆਏਗਾ ਸ਼ਰੇਡਿੰਗ ਪ੍ਰਸ਼ਨ ਨੰਬਰ 4 ਬਾਇਓਮੈਡੀਕਲ ਵੇਸਟ ਨੂੰ ਦੁਬਾਰਾ ਵਰਤਨਯੋਗ ਨਾ ਰੱਖਣ ਲਈ ਕੀ ਕਰਨਾ ਚਾਹੀਦਾ ਹੈ ਤਾਂ ਕਿ ਬਾਇਓਮੈਡੀਕਲ ਵੇਸਟ ਨੂੰ ਕੋ ਰੀਸਾਈਕਲ ਕਰਕੇ ਦੁਬਾਰਾ ਨਾ ਵੇਚ ਸਕੇ ਤਾਂ ਉਹਦੇ ਲਈ ਕੀ ਕਰਨਾ ਚਾਹੀਦਾ ਹੈ ਪਹਿਲੀ ਆਪਸ਼ਨ ਹੈ ਪੈਕਿੰਗ ਅਤੇ ਸੀਲਿੰਗ ਦੂਜੀ ਆਪਸ਼ਨ ਹੈ ਬਰਨਿੰਗ ਮਤਲਬ ਜਲਾ ਦੇਣਾ ਚਾਹੀਦਾ ਹੈ ਤੀਜੀ ਆਪਸ਼ਨ ਹੈ ਸ਼ਰੇਡਿੰਗ ਮਤਲਬ ਕੱਟ ਦੇਣਾ ਕੱਟਣਾ ਚਾਹੀਦਾ ਛੋਟੇ ਛੋਟੇ ਭਾਗਾਂ ਦੇ ਵਿੱਚ ਚੌਥੀ ਆਪਸ਼ਨ ਹੈ ਡੰਪਿੰਗ ਤਾਂ ਸਹੀ ਉੱਤਰ ਆਏਗਾ ਸ਼ਰੇਡਿੰਗ ਪ੍ਰਸ਼ਨ ਨੰਬਰ 5 ਸ਼ਰੇਡਿੰਗ ਕਰਨ ਨਾਲ ਵੇਸਟ ਦੀ origignal ਮਾਤਰਾ ਦਾ ਕਿੰਨੇ ਪ੍ਰਤੀਸ਼ਤ ਹਿੱਸਾ ਰਹਿ ਜਾਂਦਾ ਹੈ ਮਤਲਬ ਜੇ ਤੁਹਾਨੂੰ ਸ਼ਰੇਡਿੰਗ ਕਰਦੇ ਹਾਂਗੇ ਵੱਡੇ ਵੇਸਟ ਨੂੰ ਛੋਟੇ ਛੋਟੇ ਭਾਗਾਂ 'ਚ ਕੱਟ ਦਿੰਨੇ ਆ ਤਾਂ ਉਹਦਾ ਵੋਲਿਊਮ ਜਿਹੜਾ ਉਹ ਘੱਟ ਜਾਂਦਾਗਾ ਤਾਂ ਆਪਾਂ ਦੱਸਣਾ ਹੈਗਾ ਵੀ ਉਹ ਕਿੰਨਾ ਰਹਿ ਜਾਂਦਾ ਪਹਿਲੀ ਆਪਸ਼ਨ ਹੈ 50% ਦੂਜੀ ਆਪਸ਼ਨ ਹੈ 70% ਤੀਜੀ ਆਪਸ਼ਨ ਹੈ 20% ਤੇ ਚੌਥੀ ਆਪਸ਼ਨ ਹੈ 5% ਤਾਂ ਸ਼ਰੇਡਿੰਗ ਕਰਨ ਦੇ ਨਾਲ ਮਤਲਬ ਵੱਡੇ ਬਾਇਓਮੈਡੀਕਲ ਵੇਸਟ ਨੂੰ ਛੋਟੇ ਛੋਟੇ ਭਾਗਾਂ 'ਚ ਕੱਟਣ ਦੇ ਨਾਲ ਜਿਹੜਾ ਉਹਦਾ ਵੋਲੀਅਮ ਰਹਿ ਜਾਂਦਾ ओरिजिनल ਅਮਾਉਂਟ ਦਾ ਸਿਰਫ 20% ਰਹਿ ਜਾਂਦਾ ਹੈ ਠੀਕ ਹੈ ਜੀ ਪ੍ਰਸ਼ਨ ਨੰਬਰ 6 ਹੇਠ ਲਿਖਿਆ ਵਿੱਚੋਂ ਬਾਇਓ ਵੇਸਟ ਨਾਲ ਜੁੜੇ ਕਿਹੜੇ-ਕਿਹੜੇ ਖਤਰੇ ਹੋ ਸਕਦੇ ਹਨ ਪਹਿਲੀ ਆਪਸ਼ਨ ਹੈ ਗੈਰ ਕਾਨੂੰਨੀ ਡੰਪਿੰਗ ਮਤਲਬ ਇਲੀਗਲ ਡੰਪਿੰਗ ਕਹਿੰਦੇ ਆ ਉਹਨੂੰ ਠੀਕ ਹੈ ਅਰਥ ਦੇ ਵਿੱਚ ਉਹਨੂੰ ਟੋਆ ਵਗੈਰਾ ਪੱੜ ਕੇ ਦੱਬ ਦਿੰਦੇ ਨੇ ਤੇ ਦੂਜੀ ਆਪਸ਼ਨ ਦੇ ਲੀਕੇਜ ਮਤਲਬ ਸਪਿਲਜ਼ ਹੋ ਜਾਂਦੀ ਹੈ ਕਿ ਲੀਕੇਜ ਦਾ ਮਤਲਬ ਹੁੰਦਾ ਹੈ ਕਿ ਕੋਈ ਬਾਇਓ ਵੇਸਟ ਜੋ ਟਰਾਂਸਪੋਰਟ ਕਰਦੇ ਨੇ ਤਾਂ ਉਦੋਂ ਲੀਕੇਜ ਹੋ ਕੇ ਉਹ ਔਰ ਜਿਹੜਾ ਹੈਗਾ ਅੱਗੇ ਫੈਲ ਸਕਦਾ ਬਿਮਾਰੀਆਂ ਫੈਲਾ ਸਕਦਾ ਤੀਜੀ ਆਪਸ਼ਨ ਹੈ ਕ੍ਰੋਸ ਕੰਟਾਮਿਨੇਸ਼ਨ ਮਤਲਬ ਕ੍ਰੋਸ ਕੰਟਾਮਿਨੇਸ਼ਨ ਹੁੰਦਾ ਹੈਗਾ ਜਿਹੜਾ ਬਾਇਓ ਵੇਸਟ ਨੂੰ ਹੈਂਡਲ ਕਰਦਾ ਉਹਨੂੰ ਵੀ ਇਨਫੈਕਸ਼ਨ ਹੋ ਸਕਦੀ ਹੈ ਤਾਂ ਉਹਨੂੰ ਕ੍ਰੋਸ ਕੰਟਾਮਿਨੇਸ਼ਨ ਕਹਿੰਦੇ ਨੇ ਠੀਕ ਹੈ ਤਾਂ ਚੌਥੀ ਆਪਸ਼ਨ ਹੈ ਉਪਰੋਕਤ ਸਾਰੇ ਮਤਲਬ ਸਾਰੇ ਹੀ ਖਤਰੇ ਇਹ ਬਾਇਓ ਮੈਡੀਕਲ ਵੇਸਟ ਨਾਲ ਜੁੜੇ ਹੋ ਸਕਦੇ ਨੇ ਤਾਂ ਸਹੀ ਉੱਤਰ ਵੀਦਾ ਹੀ ਆਏਗਾ ਉਪਰੋਕਤ ਸਾਰੇ ਠੀਕ ਹੈ ਹੁਣ ਕਰਾਂਗੇ ਪ੍ਰਸ਼ਨ ਨੰਬਰ 7 ਇਨਸਨਰੇਸ਼ਨ ਵਿਧੀ ਕੀ ਹੈ कोल्ड ट्रीटमेंट थर्मल ट्रीटमेंट केमिकल ट्रीटमेंट या फिर रेडियो एक्टिव ट्रीटमेंट ਤਾਂ ਇਹਦਾ ਸਹੀ ਉੱਤਰ ਆਏਗਾ ਇਨਸਨਰੇਸ਼ਨ ਵਿਧੀ ਹੁੰਦੀ ਹੈ ਥਰਮਲ ਟ੍ਰੀਟਮੈਂਟ ਜਿਹਦੇ ਵਿੱਚ ਵੇਸਟ ਨੂੰ ਬਹੁਤ ਜ਼ਿਆਦਾ ਹਾਈ ਟੈਂਪਰੇਚਰ ਬਹੁਤ ਜ਼ਿਆਦਾ ਤਾਪਮਾਨ ਦੇ ਉੱਪਰ ਜਿਹੜਾ ਹੈਗਾ ਟ੍ਰੀਟ ਕੀਤਾ ਜਾਂਦਾ ਹੈਗਾ ਤੇ ਉਹਨੂੰ ਖਤਮ ਕੀਤਾ ਜਾਂਦਾ ਹੈਗਾ ਠੀਕ ਹੈ ਜੀ ਬਿਲਕੁਲ 애ਸ਼ ਮਤਲਬ ਰਾਖ ਬਣ ਜਾਂਦੀ ਹੈਗੀ ਇਸ ਵੇਸਟ ਦੀ ਇਸ ਮੈਥਡ ਨਾਲ ਪ੍ਰਸ਼ਨ ਨੰਬਰ 8 ਆਟੋਕਲੇਵ ਵਿੱਚ ਕਿਸ ਦੀ ਵਰਤੋਂ ਹੁੰਦੀ ਹੈ ਕੈਮੀਕਲ ਦੀ ਵਰਤੋਂ ਹੁੰਦੀ ਹੈ ਜਾਂ ਫਿਰ ਸਟੀਮ ਮਤਲਬ ਭਾਫ਼ ਦੀ ਵਰਤੋਂ ਹੁੰਦੀ ਹੈ ਤੇ ਹਾਈ ਤਾਪਮਾਨ ਦੀ ਵਰਤੋਂ ਹੁੰਦੀ ਹੈ ਜਾਂ ਫਿਰ ਆਪਣੀ ਜਿਹੜੀ ਲਾਸਟ ਆਪਸ਼ਨ ਉਹ ਹੈਗੀ ਹੈਗੀ ਵੀ ਆੜਾ ਤੇ ਈੜੀ ਦੋਨੇ ਮਤਲਬ ਸਟੀਮ ਤੇ ਹਾਈ ਤਾਪਮਾਨ ਜਿਹੜਾ ਹੈਗਾ ਦੋਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਸਹੀ ਉੱਤਰ ਇਹਦਾ ਆਏਗਾ ਲਾਸਟ ਆਪਸ਼ਨ ਆਟੋਕਲੇਵ ਦੇ ਵਿੱਚ ਭਾਫ਼ ਤੇ ਬਹੁਤ ਜ਼ਿਆਦਾ ਤਾਪਮਾਨ ਦੋਨਾਂ ਦੀ ਵਰਤੋਂ ਕਰਕੇ ਚੀਜ਼ਾਂ ਨੂੰ ਸਟਰਲਾਈਜ਼ ਕੀਤਾ ਜਾਂਦਾ ਹੈ ਮਤਲਬ ਕੰਟਾਮਿਨੇਸ਼ਨ ਤੋਂ ਮੁਕਤ ਕੀਤਾ ਜਾਂਦਾ ਹੈ ਪ੍ਰਸ਼ਨ ਨੰਬਰ 9 ਕਿਹੜਾ ਮੈਥਡ ਬਾਇਓਮੈਡੀਕਲ ਵੇਸ ਨੂੰ ਮੈਨੇਜ ਕਰਨ ਦੇ ਲਈ ਆਨਸਾਈਟ ਮੈਥਡ ਹੈ ਤਾਂ ਪਹਿਲਾ ਪ੍ਰਸ਼ਨ ਨੂੰ ਸਮਝੋ ਆਨਸਾਈਟ ਦਾ ਮਤਲਬ ਕਿ ਜਿੱਥੇ ਬਾਇਓਮੈਡੀਕਲ ਵੇਸ ਪ੍ਰੋਡਿਊਸ ਹੋ ਰਿਹਾ ਉੱਥੇ ਹੀ ਉਹਨੂੰ ਟ੍ਰੀਟ ਕਰਨਾ ਤਾਂ ਉਹਨੂੰ ਬੋਲਦੇ ਨੇ ਆਨਸਾਈਟ ਮਤਲਬ ਹਸਪੀਟਲ ਦੇ ਅੰਦਰ ਹੀ ਕਰਾਂਗੇ ਤਾਂ ਇਹਦੇ ਲਈ ਪਹਿਲੀ ਆਪਸ਼ਨ ਹੈ ਆਟੋਕਲੇਵ ਦੂਜੀ ਆਪਸ਼ਨ ਹੈ ਕੈਮੀਕਲ ਟ੍ਰੀਟਮੈਂਟ ਤੀਜੀ ਆਪਸ਼ਨ ਹੈ ਮਾਈਕ੍ਰੋਵੇਵਿੰਗ ਚੌਥੀ ਆਪਸ਼ਨ ਹੈ ਉਪਰੋਕਤ ਸਾਰੇ ਤਾਂ ਹਸਪੀਟਲ ਦੇ ਵਿੱਚ ਹੀ ਬਾਇਓਮੈਡੀਕਲ ਵੇਸਟ ਨੂੰ ਮੈਨੇਜ ਕਰਨ ਦੇ ਲਈ ਇਹ ਤਿੰਨੋਂ ਮੈਥਡ ਵਰਤੇ ਜਾਂਦੇ ਨੇ ਤਾਂ ਉੱਤਰ ਆਏਗਾ ਉਪਰੋਕਤ ਸਾਰੇ ਪ੍ਰਸ਼ਨ ਨੰਬਰ 10 ਹਸਪੀਟਲ ਵਿੱਚ 3D ਹਸਪੀਟਲ ਵੇਸਟ ਮੈਨੇਜਮੈਂਟ ਤੋਂ ਕੀ ਭਾਵ ਹੈ ਤਾਂ 3D ਦਾ ਮਤਲਬ ਪਹਿਲੀ ਆਪਸ਼ਨ ਹੈ ਡਿਸਕਾਰਡ ਡਿਸਇਨਫੈਕਸ਼ਨ ਡਰੇਨ ਦੂਜੀ ਆਪਸ਼ਨ ਹੈ ਡਿਸਟਰਕਸ਼ਨ ਡਿਸਕਾਰਡ ਡਿਸਪੋਜ਼ਲ ਤੀਜੀ ਆਪਸ਼ਨ ਹੈ ਡਿਸਇਨਫੈਕਸ਼ਨ ਡਿਸਪੋਜ਼ਲ ਡਰੇਨ ਤੇ ਚੌਥੀ ਆਪਸ਼ਨ ਹੈ ਉਪਰੋਕਤ ਵਿੱਚੋਂ ਕੋਈ ਨਹੀਂ ਤਾਂ ਸਹੀ ਉੱਤਰ ਆਏਗਾ 3D ਦਾ ਮਤਲਬ ਹੁੰਦਾਗਾ ਡਿਸਇਨਫੈਕਸ਼ਨ ਪਹਿਲੀ D ਦੂਜੀ D ਡਿਸਪੋਜ਼ਲ ਤੇ ਤੀਜੀ D ਡਰੇਨੇਜ ਅਗਲਾ ਕੁਐਸਚਨ ਨੰਬਰ 11 ਹੱਥ ਧੋਣ ਲਈ ਕਿੰਨੇ ਸਟੈਪ ਹੁੰਦੇ ਨੇ ਤਾਂ ਮੈਡੀਕਲ ਵੇਸਟ ਨਾਲ ਡੀਲ ਕਰਨ ਤੋਂ ਬਾਅਦ ਜਾਂ ਕੋਈ ਵੀ ਸਪੈਸੀਮਨ ਨਾਲ ਡੀਲ ਕਰਨ ਤੋਂ ਬਾਅਦ ਜੋ ਹੈਡ ਵਾਸ਼ ਦੇ ਸਟੈਪ ਮੰਨੇ ਜਾਂਦੇ ਨੇ ਕਿੰਨੇ ਨੇ 3 6 7 ਜਾਂ 10 ਤਾਂ ਸਹੀ ਉੱਤਰ ਆਏਗਾ 6 ਠੀਕ ਹੈ ਅਗਲੀ ਪਰ ਕੁਐਸਚਨ ਨੰਬਰ 12 ਬਾਇਓ ਮੈਡੀਕਲ ਵੇਸਟ ਮੈਨੇਜਮੈਂਟ ਦਾ ਫਾਇਦਾ ਕੀ ਹੈ ਪਹਿਲੀ ਆਪਸ਼ਨ ਹੈ ਕਿ ਅਜਿਹਾ ਕਰਨ ਨਾਲ ਨੋਜ਼ੋਕੋमियल ਇਨਫੈਕਸ਼ਨ ਨੂੰ ਰੋਕ ਸਕਦੇ ਆ ਦੂਜੀ ਆਪਸ਼ਨ ਹੈ ਬਿਮਾਰੀ ਦੀ ਟ੍ਰਾਂਸਮਿਸ਼ਨ ਚੇਨ ਨੂੰ ਤੋੜ ਸਕਦੇ ਆ ਤਾਂ ਕਿ ਬਿਮਾਰੀ ਅੱਗੇ ਨਾ ਫੈਲੇ ਤੀਜੀ ਆਪਸ਼ਨ ਹੈ ਲੰਬੇ ਸਮੇਂ ਦੇ ਖਤਰੇ ਨੂੰ ਘਟਾ ਸਕਦੇ ਹਾਂ ਚੌਥੀ ਆਪਸ਼ਨ ਹੈ ਉਪਰੋਕਤ ਸਾਰੇ ਸੋ ਇਹਦਾ ਸਹੀ ਉੱਤਰ ਆਏਗਾ ਉਪਰੋਕਤ ਸਾਰੇ ਕਿ ਬਾਇਓਮੈਡੀਕਲ ਵੇਸਟ ਮੈਨੇਜਮੈਂਟ ਨਾਲ ਇਹ ਸਾਰੇ ਉਪਰੋਕਤ ਜਿਹੜੇ ਫਾਇਦੇ ਲਿਖੇ ਹੋਏ ਨੇ ਇਹ ਫਾਇਦੇ ਆਪਾਂ ਨੂੰ ਹੁੰਦੇ ਨੇ ਹੁਣ ਕਰਾਂਗੇ ਪ੍ਰਸ਼ਨ ਨੰਬਰ 13 ਬਾਇਓਮੈਡੀਕਲ ਵੇਸਟ ਮੈਨੇਜਮੈਂਟ ਦੌਰਾਨ ਕਿਹੜਾ ਗਾਊਨ ਪਹਿਨਣਾ ਚਾਹੀਦਾ ਹੈ ਪਹਿਲੀ ਆਪਸ਼ਨ ਹੈ ਸ਼ੀਥ ਗਾਊਨ ਦੂਜੀ ਆਪਸ਼ਨ ਹੈ ਮੋਡੀਫਾਈਡ ਲਾਈਨ ਗਾਊਨ ਤੀਜੀ ਆਪਸ਼ਨ ਹੈ ਰੈਪ ਅਰਾਊਂਡ ਗਾਊਨ ਤੇ ਚੌਥੀ অপਸ਼ਨ ਹੈ एंपायर वेस्ट गाउन ਤਾਂ ਇਹ گاਉਨ ਦੀਆਂ ਬਹੁਤ ਸਾਰੀਆਂ ਕਿਸਮਾਂ ਹੁੰਦੀਆਂ ਨੇ ਜੋ ਕਿ ਹਸਪੀਟਲ ਦੇ ਵਿੱਚ ਯੂਜ਼ ਹੁੰਦੀਆਂ ਨੇ ਤਾਂ ਇਹਦਾ ਸਹੀ ਉੱਤਰ ਆਏਗਾ ਬਾਇਓਮੈਡੀਕਲ ਵੇਸਟ ਨੂੰ ਮੈਨੇਜ ਕਰਦੇ ਹੋਏ ਰੈਪ ਅਰਾਊਂਡ ਗਾਉਨ ਪਹਿਨਣਾ ਚਾਹੀਦਾ ਹੈ ਠੀਕ ਹੈ ਪ੍ਰਸ਼ਨ ਨੰਬਰ 14 ਕਿਸ ਵਿਧੀ ਦੌਰਾਨ ਖਤਰਨਾਕ ਐਮਿਸ਼ਨ ਨਹੀਂ ਹੁੰਦਾ ਤਾਂ ਪਹਿਲਾ ਕੁਐਸਚਨ ਨੂੰ ਸਮਝੋ ਐਮਿਸ਼ਨ ਹੁੰਦਾ ਜਿਵੇਂ ਧੂਆ ਨਿਕਲਦਾ ਜਿਵੇਂ ਚਿਮਨੀ ਪੱਠੇ ਵਗੈਰਾ ਚਿਮਨੀ ਹੁੰਦੀ ਹੈ ਓਚ ਧੂਆ ਨਿਕਲਦਾ ਹੁੰਦਾ ਤਾਂ ਨੂੰ ਆਪਾਂ emission ਬੋਲਦੇ ਆ ਜਾਂ ਆਪਾਂ ਵਾਹਾਈਕਲ ਚਲਾਉਂਦੇ ਆ ਤਾਂ ਉਹਦੇ ਵਿੱਚੋਂ ਵੀ ਪਿੱਛੋਂ ਜਿਹੜਾ ਪੋਲੂਸ਼ਨ ਸਾਇਲੈਂਸਰ ਦੇ ਵਿੱਚੋਂ ਧੂਆ ਵਗੈਰਾ ਨਿਕਲਦਾਗਾ ਉਹਨੂੰ ਵੀ ਆਪਾਂ ਕੀ ਕਹਿੰਦੇ ਆ emission ਸੋ ਤੁਸੀਂ ਦੱਸਣਾਗਾ ਵੀ ਹੇਠ ਲਿਖਿਆ ਵਿਧੀਆ ਚੋਂ ਕਿੱਚ emission ਨਹੀਂ ਹੁੰਦਾ ਪਹਿਲੀ ਆਪਸ਼ਨ ਹੈ ਪਲਾਜ਼ਮਾ ਪਾਇਰੋਲਿਸਿਸ ਦੂਜੀ ਆਪਸ਼ਨ ਹੈ ਹਾਈਡਰੋਕਲੇਵਿੰਗ ਤੀਜੀ ਹੈ ਇਨਸਨਰੇਸ਼ਨ ਚੌਥੀ ਹੈ ਮਾਈਕ੍ਰੋਵੇਵਿੰਗ ਤਾਂ ਸਹੀ ਉੱਤਰ ਆਏਗਾ ਮਾਈਕ੍ਰੋਵੇਵਿੰਗ ਵਿਧੀ ਦੌਰਾਨ emission ਖਤਰਨਾਕ ਨਹੀਂ ਹੁੰਦਾ ਸੋ ਇਸੇਗੇ ਬਹੁਤ ਮਹੱਤਵਪੂਰਨ ਕੁਐਸਚਨ ਬਾਇਓ ਵੇਸਟ ਮੈਨੇਜਮੈਂਟ ਦੀਆਂ ਵਿਧੀਆਂ ਬਾਰੇ ਤੇ ਵੀਡੀਓ ਨੂੰ ਸ਼ੇਅਰ ਕਰਨਾ ਤੇ ਚੈਨਲ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲੋ ਥੈਂਕਸ ਫॉर ਵਾਚਿੰਗ